ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿ ਅਗਲੇ 2 ਦਿਨ 5 ਅਤੇ ਕੱਲ ਪੰਜਾਬ ਦਾ ਮੌਸਮ ਕਿਵੇਂ ਰਹੇਗਾ 23 ਅਤੇ 24 ਮਾਰਚ ਨੂੰ ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਆਪਾਂ ਲਗਭਗ ਅੱਜ ਤਸਵੀਰ ਦੇ 7 ਵਜੇ ਦੇ ਆਸ-ਪਾਸ ਤਾਂ ਕੁਝ ਹਲਕੇ-ਫੁਲਕੇ ਜਿਹੜੇ ਬੱਦਲ ਦੀ ਸਿਸਟਮ ਨੇ ਉਹ ਪੱਛਮੀ ਪਾਸੇ ਲਗਭਗ ਦੇਖ ਰਿਹਾ ਕਿ ਇਸ ਇਲਾਕੇ ਦੇ ਵਿੱਚ ਬਣੇ ਹੋਏ ਨੇ ਜਿਹੜੇ ਕੀ ਅੱਗੇ ਵਧ ਰਹੇ ਨੇ ਸੋ ਇਹ ਆਪਣੇ ਜਿਹੜਾ ਪੂਰਾ ਉੱਤਰ ਪੱਛਮੀ ਭਾਰਤ ਆ ਜਿਹੜਾ ਜਿਹਦੇ ਵਿੱਚ ਮੈਦਾਨੀ ਤੇ ਪਹਾੜੀ ਇਲਾਕੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕੇ ਹੋਗੇ ਪੱਛਮੀ ਜੂਪੀ ਹੋ ਗਿਆ ਬਾਕੀ ਪਹਾੜੀ ਇਲਾਕੇ ਹੋਗੇ ਸੋ ਇਹਨਾਂ ਇਲਾਕਿਆਂ ਵਿੱਚ ਅਗਲੇ 2-3 ਦਿਨਾਂ ਵਿੱਚ ਬੱਦਲਵਾਈ ਦਾ ਦੌਰ ਰਾ ਟਟਮੇਰੂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸੋ ਗੱਲ ਕਰੀਏ ਆਪਾਂ ਪੰਜਾਬ ਦੀ ਤਾਂ ਪੰਜਾਬ ਦਾ ਮੌਸਮ ਅੱਜ 23 ਮਾਰਚ ਨੂੰ ਫਿਲਹਾਲ ਠੀਕ ਬੜੀ ਰਹੂਗਾ ਵਧੀਆ ਚੰਗਾ ਮੌਸਮ ਸਾਫ਼ ਖੁਸ਼ਕ ਰਹੂਗਾ ਦਿਨ ਦੇ ਵੇਲੇ ਤਾਂ ਪਚੰਗੀ ਲੱਗੇਗੀ ਕੁਝ ਹਲਕੀ ਫੁਲਕੀ ਬੱਦਲ ਜਿਹੜੀ ਆ ਦੁਪਹਿਰ ਦੇ ਵੇਲੇ ਆਵਾਜਾਈ ਕਰ ਸਕਦੀ ਹੈ ਜਿਦੇ ਕਰਕੇ ਕੁਝ ਹਿੱਸਿਆਂ ਵਿੱਚ ਧੁੱਪ ਹਲਕੀ ਫੁਲਕੀ ਮੱਧਮ ਰਹਿ ਸਕਦੀ ਹੈ ਬਾਕੀ ਹਿੱਸਿਆਂ ਵਿੱਚ ਮੌਸਮ ਬੜਾ ਚੰਗਾ ਸਾਫੀ ਦੇਖਣ ਨੂੰ ਮਿਲੇਗਾ ਹਵਾਵਾਂ ਮੌਤਰ ਪੱਛਮ ਦਿਸ਼ਾ ਤੋਂ ਹੀ ਵਗਣ ਗਈਆਂ ਤੇ ਦਿਨ ਦਾ ਟੈਂਪਰੇਚਰ ਲਗਭਗ 30 ਡਿਗਰੀ ਦੇ ਲਗਭਗ ਆਸ-ਪਾਸੇ ਘੁੰਮਦਾ ਰਹੇਗਾ ਕੁਝ ਹਿੱਸਿਆਂ ਵਿੱਚ 1 ਡਿਗਰੀ 30 ਤੋਂ 1 ਡਿਗਰੀ ਘੱਟ ਕੁਝ ਵਿੱਚ 30 ਤੋਂ 1 ਡਿਗਰੀ ਜ਼ਿਆਦਾ ਸੋ ਇਸੇ ਤਰ੍ਹਾਂ ਦਾ ਮਾਹੌਲ ਹੈ ਧੁੱਪ ਚੰਗੀ ਲੱਗੇਗੀ ਜਿਦੇ ਕਰਕੇ ਗਰਮੀ ਦਾ ਅਨੁਭਵ ਥੋੜਾ ਜਿਆਦਾ ਕਈ ਇਲਾਕਿਆਂ ਵਿੱਚ ਵੱਧ ਕੇ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਕੱਲ 24 ਮਾਰਚੀ ਤੱਕ ਕੱਲ ਨੂੰ ਜਿਹੜਾ ਇਹ ਬੱਦਲਬਾਈ ਆਪਾਂ ਦਿਖਾ ਰਹੇ ਹਾਂ ਤਾਜ਼ਾ ਸੈਟੇਲਾਈਟ ਤਸਵੀਰ ਤੇ ਜਿਹੜੀ ਇਹ ਇਲਾਕਿਆਂ ਵਿੱਚ ਬਣੀ ਹੋਈ ਹੈ ਇਹ ਲਗਭਗ ਕੱਲ ਨੂੰ ਪੰਜਾਬ ਦੇ ਪੱਛਮੀ ਸਰਹੱਦੀ ਖੇਤਰਾਂ ਦੇ ਨੇੜੇ ਤੇੜ ਪਹੁੰਚ ਜਾਵੇਗੀ ਤੇ ਕੱਲ 24 ਮਾਰਚ ਨੂੰ ਆਪਾਂ ਨੂੰ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ ਤੋਂ ਹੀ ਪਹਿਲੇ ਘੰਟਿਆਂ ਤੋਂ ਬੱਦਲਬਾਈ ਟੁੱਟਵੇਂ ਰੂਪ ਵਿੱਚ ਪੰਜਾਬ ਉੱਪਰ ਦੀ ਦਰਮਿਆਨੇ ਪੱਧਰ ਦੀ ਬੱਦਲਬਾਈ ਗੁਜ਼ਰੇਗੀ ਸੋ ਜਿਹਦੇ ਚੱਲਦੇ ਸਵੇਰ ਤੋਂ ਲੈ ਕੇ ਯਾਨੀ ਕਿ 11 12 ਵਜੇ ਯਾਨੀ ਕਿ ਦੁਪਹਿਰ ਦੇ ਆਸ-ਪਾਸ ਦੇ ਸਮੇਂ ਤੱਕ ਪੰਜਾਬ ਉੱਪਰ ਦੀ ਬੱਦਲਬ ਪੰਜਾਬ ਦੇ ਕੁਝ ਖੇਤਰਾਂ ਵਿੱਚ ਆਪਾਂ ਨੂੰ ਹਲਕੇ ਫੁਲਕੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ ਕੁਝ ਹਿੱਸਿਆਂ ਵਿੱਚ ਕਿਣਮਣ ਹੋ ਸਕਦੀ ਹੈ ਕੁਝ ਇਲਾਕਿਆਂ ਵਿੱਚ 10 20 25 ਮਿੰਟ ਲਈ ਥੋੜਾ ਬਹੁਤ ਮੀਂਹ ਦੇ ਛਰਾਟੇ ਜਾਂ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਇੱਕ ਦੋ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਬੁੱਲੇ ਵੀ ਚੱਲ ਸਕਦੇ ਨੇ ਹਾਲਾਂਕਿ ਇਹ ਕੋਈ ਜਿਆਦਾ ਵੱਡਾ ਤਕੜਾ ਸਿਸਟਮ ਨਹੀਂ ਹੈ ਪਰ ਫਿਰ ਵੀ ਦਰਮਿਆਨੇ ਪੱਧਰ ਦੀ ਬੱਦਲਬਾਜ਼ੀ ਜਿਹੜੀ ਉੱਪਰ ਦੀ ਪੰਜਾਬ ਦੇ ਗੁਜ਼ਰਦੀ ਹੋਈ ਕੁਝ ਇਲਾਕਿਆਂ ਵਿੱਚ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇ ਸਕਦੀ ਹੈ ਜਿਹੜੀ ਕਿ ਕੁਝ ਸੀਮਤ ਸਮੇਂ ਦੇ ਲਈ ਹੋਵੇਗੀ ਤੇ ਉਸ ਤੋਂ ਬਾਅਦ ਮੌਸਮ ਫਿਰ ਪੰਜਾਬ ਦਾ ਸਾਫ਼ ਅਤੇ ਖੁਸ਼ਕ ਹੀ ਹੋ ਜਾਵੇਗਾ। ਸੋ ਇਸੇ ਕਰਕੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੱਲ 24 ਮਾਰਚ ਨੂੰ ਸਵੇਰ ਤੋਂ ਦੁਪਹਿਰ ਤੱਕ ਕੋਈ ਫਸਲਾਂ ਦੇ ਉੱਪਰ ਸਪਰੇਅ ਵਗੈਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ। ਸੋ ਇਸ ਬੱਦਲਬਾਹੀ ਦੇ ਵਿੱਚ ਜੇਕਰ ਇਲਾਕਿਆਂ ਦੀ ਗੱਲ ਕਰੀਏ ਤਾਂ ਲਗਭਗ ਪੰਜਾਬ ਦੇ ਟੁੱਟਵੇਂ ਰੂਪ ਵਿੱਚ ਵੱਖ-ਵੱਖ ਇਲਾਕੇ ਦੇ ਵਿੱਚ ਕਵਰ ਹੋਣਗੇ ਕੁਝ ਜ਼ਿਲ੍ਹਿਆਂ ਦੇ ਹਿਸਾਬ ਨਾਲ ਆਪਾਂ ਪੂਰੀ ਤਰ੍ਹਾਂ 100% ਐਕਿਊਰੇਟ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਬੱਦਲ ਬਾਈ ਟੁੱਟਵੇਂ ਰੂਪ ਵਿੱਚ ਆ ਵੱਖ-ਵੱਖ ਇਲਾਕਿਆਂ ਦੇ ਉੱਪਰ ਦੀ ਗੁਜ਼ਰੇਗੀ ਸੋ ਜਿੱਦੇ ਚੱਲਦੇ ਜ਼ਿਲ੍ਹਿਆਂ ਦੇ ਕੁਝ ਭਾਗ ਕਵਰ ਹੋਗੇ ਕੁਝ ਵਿੱਚ ਮੀਂਹ ਪੈ ਗਿਆ ਕੁਝ ਇਲਾਕੇ ਖੁਸ਼ਕ ਰਹਿਗੇ ਸੋ ਇਸੇ ਤਰ੍ਹਾਂ ਦੇ ਟੁੱਟਵੇਂ ਰੂਪ ਵਿੱਚ ਬੱਦਲਾਂ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਤੇ ਇਸੇ ਤਰ੍ਹਾਂ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਮੀਂਹ ਦੇ ਜਿਹੜੇ ਚਾਂਸ ਦੀ ਗੱਲ ਕਰੀਏ ਤਾਂ ਲਗਭਗ 20-25 ਤੋਂ ਲੈ ਕੇ 35 ਤੋਂ 40-45% ਤੱਕ ਦੇ ਅਸਰ ਵੰ ਜਿਹਦੇ ਵਿੱਚ ਪੰਜਾਬ ਦੇ ਆਪਾਂ ਨੂੰ 20% ਇਲਾਕੇ ਕਵਰ ਹੁੰਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ। ਬਾਕੀ ਹਲਕੀ ਫੁਲਕੀ ਕੰਡਮਣ ਹੋਰ ਕੁਝ ਜ਼ਿਆਦਾ ਇਲਾਕਿਆਂ ਵਿੱਚ ਵੀ ਹੋ ਸਕਦੀ ਹੈ। ਤੇ ਕੱਲ ਨੂੰ ਸਵੇਰ ਦੇ ਵੇਲੇ ਆਪਣੇ ਵੀਡੀਓ ਵਿੱਚ ਤੁਹਾਨੂੰ ਆਪਾਂ ਜ਼ਿਲ੍ਹਿਆਂ ਦੇ ਬਾਰ ਜੋ ਵੀ ਜਾਤਾਂ ਆਜਾ ਜਾਣਕਾਰੀ ਮਿਲੇਗੀ ਉਹ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਸਮੇਂ ਤੋਂ ਪਹਿਲਾਂ ਤੇ ਬਾਕੀ ਫਿਰ ਦੁਪਹਿਰ ਤੋਂ ਬਾਅਦ ਮੌਸਮ ਕੱਲ ਦਾ ਠੀਕ ਠਾਕ ਰਹੇਗਾ ਹਵਾਵਾਂ ਥੋੜੀਆਂ ਜਿਹੀਆਂ ਦਰਮਿਆਨੀ ਤੇਜ਼ ਗਤੀ ਤੇ ਕੱਲ ਨੂੰ ਉੱਤਰ ਦਿਸ਼ਾ ਤੋਂ ਚੱਲਣਗੀਆਂ। ਯਾਨੀ ਕਿ ਅੱਜ ਦੇ ਮੁਕਾਬਲੇ ਕੱਲ ਜਿਹੜੀਆਂ ਨਾਰਮਲ ਹਵਾਵਾਂ ਨੇ ਥੋੜੀਆਂ ਜਿਹੀਆਂ ਤੇ